ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਆਪ ਸਭ ਦਰਸ਼ਕਾਂ ਦਾ ਅੱਜ ਦੇ ਸ਼ੋਅ ਵਿੱਚ ਸਵਾਗਤ ਕਰਦਾ। ਵਿਊਅਰਸ, ਪਿਛਲੇ ਦਿਨੀ ਮੀਡੀਆ ਖਬਰਾਂ ਮੁਤਾਬਕ ਇਹ ਗੱਲ ਸਾਹਮਣੇ ਆਈ ਹੈ ਕਿ ਦਿੱਲੀ ਐਡਮਿਨਿਸਟ੍ਰੇਸ਼ਨ ਵੱਲੋਂ ਦਿੱਲੀ ਦੇ ਚਾਂਦਨੀ ਚੌਕ ਵਿੱਚ 143 ਫੁੱਟ ਦੇ ਪੋਲ 'ਤੇ ਤਿਰੰਗਾ ਝੰਡਾ ਲਹਿਰਾਇਆ ਜਾਵੇਗਾ। ਭਾਰਤ ਵਿੱਚ ਪਹਿਲਾਂ ਵੀ ਵੱਖ ਵੱਖ ਥਾਵਾਂ 'ਤੇ ਤਿਰੰਗਾ ਲਹਿਰਾਉਣ ਦੇ ਅਮਲ ਸਰਕਾਰੀ ਤੌਰ 'ਤੇ ਕੀਤੇ ਜਾਂਦੇ ਰਹੇ ਹਨ, ਉਹ ਕਸ਼ਮੀਰ ਵਿੱਚ ਹੋਵੇ ਜਾਂ ਫਿਰ ਪੰਜਾਬ ਵਿੱਚ ਅਨੰਦਪੁਰ ਸਾਹਿਬ ਦੀ ਧਰਤੀ ਹੋਵੇ। ਹੁਣ ਭਾਰਤ ਦਾ ਆਜ਼ਾਦੀ ਦਿਹਾੜਾ 15 ਅਗਸਤ ਨੇੜੇ ਆਉਣ ਨਾਲ ਇਹ ਸਵਾਲ ਉੱਠਦਾ ਹੈ ਕਿ ਕੀ ਸਿਰਫ ਝੰਡੇ ਲਹਿਰਾਉਣ ਨਾਲ ਭਾਰਤ ਦੇ ਵਸਨੀਕਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਭਰੀ ਜਾ ਸਕਦੀ ਹੈ ਜਾਂ ਇਸ ਪਿੱਛੇ ਕੀ ਸਿਆਸਤ ਚੱਲ ਰਹੀ ਹੈ। ਲੋਕਾਂ ਦੇ ਮਨਾਂ ਵਿੱਚ ਦੇਸ਼ ਪ੍ਰਤੀ ਪਿਆਰ ਅਤੇ ਸਤਿਕਾਰ ਜਗਾਉਣ ਦੀ ਥਾਂ ਜਿਹੜੇ ਇਹ ਦੇਸ਼ ਭਗਤੀ ਥੋਪਣ ਦਾ ਕਲਚਰ 1947 ਤੋਂ ਸ਼ੁਰੂ ਹੋਇਆ ਉਸਨੇ ਅੱਜ ਭਾਰਤ ਨੂੰ ਕਿੱਥੇ ਲਿਆ ਕੇ ਖੜਾ ਕੀਤਾ। ਇਸ ਸੰਬੰਧੀ ਅੱਜ ਅਸੀਂ ਦਿੱਲੀ ਤੋਂ ਸੀਨੀਅਰ ਪੱਤਰਕਾਰ ਗੁਰਚਰਨ ਸਿੰਘ ਬੱਬਰ ਨਾਲ ਗੱਲਬਾਤ ਕਰਾਂਗੇ। ਆਓ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਬੱਬਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਬੱਬਰ ਸਾਹਿਬ, ਤੁਹਾਡਾ ਸਵਾਗਤ ਹੈ। ਤੇ ਜਿਹੜਾ ਪਹਿਲਾ ਕੁਐਸਚਨ ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹੁੰਦਾ ਉਹ ਇਹ ਹੈਗਾ ਕਿ ਜਦੋਂ ਅਸੀਂ ਸਿੱਖ ਇਤਿਹਾਸ ਵਿੱਚ ਦੇਖਦੇ ਹਾਂ, ਚਾਂਦਨੀ ਚੌਕ ਦਾ ਜਿਹੜਾ ਸੰਬੰਧ ਹੈ ਉਹ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੇ ਨਾਲ ਜਾ ਕੇ ਜੁੜਦਾ ਹੈ। ਤੇ ਉਸ ਇਤਿਹਾਸ ਨੂੰ, ਉਸ ਮਾਣ ਮੱਤੇ ਇਤਿਹਾਸ ਨੂੰ ਅਣਗੌਲਿਆ ਕਰਕੇ ਅੱਜ ਉੱਥੇ ਤਿਰੰਗਾ ਝੰਡਾ ਲਹਿਰਾਉਣ ਦੀ ਗੱਲ ਚੱਲ ਰਹੀ ਹੈ, ਇਸ ਮੂਵ ਨੂੰ, ਇਸ ਖਬਰ ਨੂੰ ਤੁਸੀਂ ਕਿਵੇਂ ਦੇਖਦੇ ਹੋ? ਅਸੀਂ ਸੋਚਦੇ ਹਾਂ ਕਿ ਇਹ ਮਾਮਲਾ ਬੜਾ ਗੌਰਮੈਂਟ ਨੇ ਸੋਚ ਸਮਝ ਕੇ ਕੀਤਾ ਹੈ, ਕਿਉਂਕਿ ਚਾਂਦਨੀ ਚੌਕ ਜਿਹੜਾ ਹੈ ਗੁਰੂ ਤੇਗ ਬਹਾਦਰ ਸਾਹਿਬ ਦੀ ਥਲੀ ਹੈ ਜੀ। ਇਸ ਸਥਾਨ ਦੀ ਚਰਚਾ ਪੂਰੇ ਸੰਸਾਰ ਵਿੱਚ ਹੈ ਔਰ ਚਾਂਦਨੀ ਚੌਕ ਇਸ ਕਰਕੇ ਹੁਣ ਤੱਕ ਜਾਣਿਆ ਜਾਂਦਾ ਸੀਗਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇੱਥੇ ਹਿੰਦੂਆਂ ਦੇ ਲਈ, ਮਜ਼ਲੂਮਾਂ ਦੇ ਲਈ ਸ਼ਹਾਦਤ ਦਿੱਤੀ ਸੀ ਜੀ। ਇਸ ਚਾਂਦਨੀ ਚੌਕ ਦੇ ਵਿੱਚ ਭਾਈ ਮਤੀ ਦਾਸ ਦਾ ਵੀ ਇੱਕ ਸਥਾਨ ਹੈ। ਇਤਨੇ ਪੁਰਾਤਨ ਅਸਥਾਨਾਂ ਨੂੰ ਛੱਡ ਕੇ ਚਾਂਦਨੀ ਚੌਕ ਦਾ ਸੌਂਦਰਯਕਰਨ ਕਰਨ ਦੇ ਬਹਾਨੇ ਸਰਕਾਰ ਨੇ ਇੱਕ ਸੋਚੀ ਸਮਝੀ ਰਣਨੀਤੀ ਦੇ ਤਹਿਤ ਇਸ ਸਥਾਨ ਜਿਹੜਾ ਚਾਂਦਨੀ ਚੌਕ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੇ ਨਾਂ ਤੇ ਗੁਰਦੁਆਰਾ ਸੀਸਗੰਜ, ਗੁਰਦੁਆਰਾ ਸੀਸਗੰਜ ਨੂੰ ਤੁਸੀਂ ਛੋਟਾ ਕਰਕੇ ਤੁਸੀਂ ਇੱਥੇ ਬਹੁਤ ਵੱਡਾ ਇੱਕ ਝੰਡਾ ਲਹਿਰਾਉਣਾ ਚਾਹੁੰਦੇ ਹੋ ਜੀ, ਤੁਸੀਂ ਮੈਸੇਜ ਦੇਣਾ ਚਾਹੁੰਦੇ ਹੋ ਕਿ ਜਿਹੜਾ ਇਹ ਸਥਾਨ ਹੈ ਇਤਨਾ ਵੱਡਾ ਨਹੀਂ ਹੈ, ਝੰਡਾ ਵੱਡਾ ਹੈ ਜੀ। ਤੁਹਾਡੀ ਸੋਚ ਜਿਹੜੀ ਹੈ ਉਹ ਝੰਡੇ ਵੱਲ ਚਲੀ ਗਈ ਹੈ, ਤੁਹਾਡੀ ਸੋਚ ਲੋਕਾਂ ਦੇ, ਕੌਮਾਂ ਦੇ ਮਾਣ ਤੇ ਸਤਿਕਾਰ ਵੱਲ ਨਹੀਂ, ਇਹ ਹੈ ਜੀ ਗੱਲ ਜੀ। ਬੱਬਰ ਸਾਹਿਬ, ਇਹਨੂੰ ਤੁਸੀਂ ਐਜ਼ ਅ ਹੋਲ ਕਿਵੇਂ ਦੇਖਦੇ ਹੋ? ਇਹ ਇੱਕ ਇੰਸੀਡੈਂਟ ਹੈਗਾ, ਬਲਕਿ ਜਦੋਂ ਅਸੀਂ ਬਾਕੀ ਇਤਿਹਾਸ ਵੱਲ ਵੀ ਦੇਖਦੇ ਹਾਂ ਤਾਂ ਰੋਡਸ ਦੇ ਵੀ ਨਾਮ ਚੇਂਜ ਕੀਤੇ ਜਾ ਰਹੇ ਨੇ, ਜਦੋਂ ਅਸੀਂ ਐਜੂਕੇਸ਼ਨ ਡਿਪਾਰਟਮੈਂਟ ਵੱਲ ਨਜ਼ਰ ਮਾਰਦੇ ਹਾਂ ਤਾਂ ਸਕੂਲਿੰਗ ਜਿਹੜਾ ਸਕੂਲਾਂ ਦਾ ਹੈਗਾ ਉਹ ਸਿਲੇਬਸ ਚੇਂਜ ਕੀਤਾ ਜਾ ਰਿਹਾ, ਇਹ ਸਾਰੇ ਘਟਨਾਕ੍ਰਮ ਨੂੰ ਤੁਸੀਂ ਕਿਵੇਂ ਦੇਖਦੇ ਹੋ ਤੇ ਇਹਦੇ ਪਿੱਛੇ ਕੀ ਸਿਆਸਤ ਕੀ ਚੱਲ ਰਹੀ ਹੈ? ਸਿਆਸਤ ਜਿਹੜੀ ਹੈ ਜੀ, ਜਿਸ ਦਿਨ ਤੋਂ ਆਹ ਸਰਕਾਰ ਨਵੀਂ ਆਈ ਹੈ, ਜਿਹੜੀ ਸਰਕਾਰ RSS ਦੀ ਸਰਕਾਰ ਹੈ, ਜਿਹੜੀ BJP ਦੀ ਸਰਕਾਰ ਹੈ, ਇਹਨਾਂ ਦੇ ਭਾਸ਼ਣਾਂ ਦੇ ਵਿੱਚ ਲਗਾਤਾਰ ਇੱਕ ਗੱਲ ਆ ਰਹੀ ਹੈ ਕਿ ਇੱਕ 1000 ਸਾਲ ਤੋਂ ਬਾਅਦ ਇੱਕ ਹਿੰਦੂ ਰਾਜਾ ਆਇਆ ਜੀ। ਉਹਨਾਂ ਦੇ ਮਨ ਵਿੱਚ ਹੈ ਕਿ ਸਾਨੂੰ ਬੜੇ ਸਾਲਾਂ ਬਾਅਦ ਰਾਜ ਕਰਨ ਦਾ ਮੌਕਾ ਮਿਲਿਆ। ਇਹਨਾਂ ਦੇ ਭਾਸ਼ਣਾਂ ਵਿੱਚ ਬਾਰ ਬਾਰ ਇਸ ਗੱਲ ਦੀ ਦਾ ਜ਼ਿਕਰ ਆਉਂਦਾ ਹੈ ਕਿ ਅਸੀਂ ਹਿੰਦੂ ਰਾਜ ਦੀ ਤਰਫ ਵਧਣਾ, ਇਸੀ ਕਰਕੇ ਇਹਨਾਂ ਦੀ ਸੋਚ ਜਿਹੜੀ ਹੈ ਉਹ ਧਰਮ ਪਰਿਵਰਤਨ, ਜਿਸ ਤਰ੍ਹਾਂ ਉਹ ਘਰ ਵਾਪਸੀ ਦੀ ਗੱਲ ਹੈ, ਜਿਸ ਤਰ੍ਹਾਂ ਦਲਿਤਾਂ ਦੇ ਉੱਤੇ ਜ਼ੁਲਮ ਤੇ ਅਤਿਆਚਾਰ ਦੀ ਗੱਲ ਹੈ, ਇਹਨਾਂ ਦੇ ਮਨਾਂ ਦੇ ਵਿੱਚ ਹਿੰਦੂ ਰਾਜ ਹੁਣ ਬੈਠ ਗਿਆ। ਇਹ ਹਿੰਦੂ ਰਾਜ ਨੂੰ ਸਾਹਮਣੇ ਰੱਖ ਕੇ ਐਜੂਕੇਸ਼ਨ ਸਿਸਟਮ ਦੇ ਵਿੱਚ ਬਦਲਾਵ ਲੈ ਕੇ ਆ ਰਹੇ ਜੀ, ਸਕੂਲਾਂ ਦੇ ਵਿੱਚ ਬਦਲਾਵ ਲੈ ਕੇ ਆ ਰਹੇ ਨੇ, ਇਹ ਕਿਤਾਬਾਂ ਦੇ ਵਿੱਚ ਬਦਲਾਵ ਲੈ ਕੇ ਆ ਰਹੇ ਨੇ, ਤੇ ਜਿਹੜੀ ਸੋਚ ਹੈ RSS ਦੀ,
हिंदू सोच है वो मनोरिटी एहसास करना चाहती है कि इस मुल्क दे विच जिहड़ा राज है वह हिंदू का है, तुसी पूरे सिस्टम विच जीना है जी। और जो आरएसएस जो बीजेपी जो हिंदू फिलोसफी कहेगी असि उस तरह चलना है, इसी का ही कारण है जी सारे फैसले जड़े ने आरएसएस के मुताबिक हो रहे ने। और तुसी देखो इना दिनों दे विच लगातार जिहड़े हमले ने वो चाहे कश्मीर विच होन जी, चाहे गुजरात विच होन, चाहे यूपी च होन, चाहे हरियाणा दे विच होन, तुसी इना सारे हमलों नू जब देखोगे तो तुहानू साफ ते स्पष्ट दिखेगा कि मनोरिटी के उत्ते बड़े वड्डे हमले हो रहे ने, मनोरिटी नू डराया जा रहा है जी, मनोरिटी नू एहसास कराया जा रहा है कि तुसी हिंदुआं दे थले हो, और क्योंकि रूलर जिहड़ा है वह हिंदू है जी। बब्बर साहब तुसी काम हो रहे जी, जिहड़ी तुसी गल कीती है वी लगातारता दे नाल उस हिंदू तवी सोच दे उत्ते काम हो रहा है, खास करके जदों असीं सिख धर्म दी गल देखदे आं तां तुहानूं लगदा वी जिहड़े हाकम हैगे आ उह इस हिसाब नाल जां जो इह वर्तारा कर रहे आ उह जो अपना एजेंडा हैगा उहनूं अचीव कर सकदे आ, खास करके जिहड़ा इह झंडा लाउण दी गल हैगी है चांदनी चौक विखे, इहनूं इहनूं तुसीं किवें देखदे हो? देखो जी असी जिहड़े सिख लोग आ आजादी तो बाद जिहड़े असी अपने मसले साडे आजादी दे वक्त खड़े सी ओह अज भी खड़े ने जी। सानू सिखां नू एहसास जिहड़ा कराया गया है, तुसी देखो हिंदू मैरिज एक्ट, तुसी देखो कॉन्स्टिट्यूशन दे विच धारा 25 जिहदे विच सानू हिंदू कहा गया है, सानू सारा 25 जबरन बनिया गया जी, सानू जबरन कहा गया कि तुसी सिख नहीं हिंदू हो। मैरिज एक्ट दे विच सिख कोर्टां दे विच धक्के खांदे है, तुसी हिंदू मैरिज एक्ट दे विच हो। क्या जिहड़ियां चीजां आजादी तो लैके हुण तक चलियां आ रहियां पर इस वक्त बड़ी तेजी नाल क्योंकि आरएसएस दे आन दे नाल बीजेपी के आने के नाल जी चीजा च बड़ी तेजी आई है, मैं लगता है कि जिस तेजी के नाल आरएसएस अपना एजेंडा इंप्लीमेंट कर रही है सिखां वास्ते बड़ी वड्डी चुनौती सामने आ गई है जी। बब्बर साहब फिर इस चुनौती का हल की हो सकता है, सिखां कोल की ऑप्शन है कि वह किस हिसाब नाल इनू टैकल कर सकते हैं ते इहदा सामना कर सकते हैं? सिखां नू कल्ले ते लड़ना बड़ा औखा हो गया जी इस मुल्क में, सिखां नू मायनोरिटी दे वड्डे दूजे लीडरां नाल मिल के मायनोरिटी दे वड्डियां जथेबंदियां नाल पोलिटिकल पार्टियां नाल कोआर्डीनेट करके उहनां नाल मिल के एक वड्डी रणनीति दे तहत इस मुल्क दे विच हुण लड़ाई लड़नी पई, क्योंकि सिखां दी एग्जिस्टेंस जिहड़ी है उह खतरे विच पै गई है जी। मायनोरिटी दे विच सिख बड़े घट ने, असि पूरे मुल्क 1.5% हाँ, साड़ी गिनती बहुत घट है, इस देश विच राज उना लोगों ने करना जिन्हों पर वोटा ने, साडे कोल वोटा नहीं है, ते असि कले लड़ांगे ते सारा नुकसान है बहुत वड्डा, साड़ी कौम दे वड्डे लीडरां नूं दूजे मायनोरिटी दीआं कौमां दे वड्डे लीडरां नाल मिल के और एक वड्डे अंदोलन दे तहत इस हकूमत के नाल लड़ना होगा, कल्या लड़ना बड़ा औखा है जी। बब्बर साहब जिवें तुसी बड़े सोहने शब्दां दे विच गल कीती है कि सारयां नूं इकट्ठे होण दी लोड़ हैगी है जे असी इस समस्या दा इस सोच दा हिंदू तवी सोच दा सामना करना चाहुंदे आ, जिवें कि हुण भारत दा जिहड़ा आजादी दिवस है 15 अगस्त उह नेड़े आ रहा है ते जिस हिसाब नाल सरकार दे दावे ते वादे कीते जा रहे ने कि ग्रोथ हुई है ये होया वो होया उनू तुसी किवें देखते हो? जदों असी एक माइनोरिटीज़ दे एंगल तो देखते हैं दलित भाईचारा हो गया, मुसलमान हो गए, सिख हो गए, खास करके जिवें अज कश्मीर दी सिचुएशन बनी हुई है भी 1947 तो लैके हुण तक की कोई ग्रोथ रियली हुई है, जे हुई है तां किस पासे हुई है? देखो जुमले ने रिकॉर्ड ग्रोथ वाली गल बिल्कुल गलत साबित हो गई है,
और हिंदुस्तान के हालात जो बड़ी तेजी नाल बिगड़ते जा रहे हैं, तुसी सरकार के जुमलियां ते ना जाओ। जुमले मोदी साहब ने दो दिन पहले किया कि जेड़े दलितां नूं मारन ओ दलितां नूं ना मारन, मैनू मारन, मैनू गोली मार दन। तुसी अंदाजा लगाओ जेड़ा प्रधानमंत्री और जेड़ी पार्टी कह रही थी कि चंगे दिन आएंगे जी, अच्छे दिन आने वाले हैं, जेड़े बड़ी बढ़िया बढ़िया गल्ला कर रहे थी, उन्हां दी हताशा देखो कि ओ दलितां नूं ना मारन वास्ते कह रहे हैं प्राइम मिनिस्टर जी, मैनू गोली मार दो, मैनू मार दो, इन्हां नूं ना मारो, किन्ना विचारा हो गया। हालात अंदर दे बड़े खराब हो गए हैं, देश के अंदर हर हिस्से विच इस वक्त तनाव बढ़ गया जी। कश्मीर देख लो, तुसी यूपी देख लो, तुसी मैं देश का कोई ऐसा हिस्सा नहीं है, नॉर्थ ईस्ट देख लो, साउथ का एरिया देख लो, हर तरफ लोगों के विच तनाव है, बेचैनी है, और धर्म के नाम से लोग वंडे जा रहे हैं, और कारोबार हिंदुस्तान के विच बड़ा बहुत इस वक्त मंदी का दौर चल रहा है जी। तुसी देखो मंदी का दौर इतना बड़ा चल पाया है कि प्रॉपर्टियां 50% पे आ गई हैं, कोई वड्डी कंपनी इस मुल्क दे विच नहीं आई, जिहड़ा मोदी साहब ने बड़ा दावा किया सी बड़ियां कंपनियां इस मुल्क दे विच आ रही हैं, बड़े गोरे आ रहे ने, बहुत वड्डा बाजार आ रहा है। तुसी देखो हुण तक कोई कंपनी हिंदुस्तान विच नहीं आई, ना कोई गोरा आया ते ना कोई दूसरा आया, और बिजनेस जिहड़ा है वो रुक गया है। और दूसरी तरफ जिहड़ा तनाव है हिंदुओं के विच, मुसलमानों के विच, सिखों के विच, वो बहुत वड्डी खाई बन गया। और जिथे तक दलितों का मामला है जी, पूरे मुल्क के विच दलितों के विच वड्डे हिंदू समाज के प्रति नफरत की लहर चल रही जी। पर इस वक्त इको जिहड़ी वड्डी गल है वो इकट्ठे होने की है। जब तक असी इकट्ठे होके माइनोरिटी के लोग वड्डा फ्रंट बना के असी सरकार के नाल नहीं चुजांगे ते गल बननी नहीं। ए सारे लोग अपने अपने लोगों के भी चर्चा कर रहे ने कि असी मिलके चलिए जी। साडी बदकिस्मती सिख भरावां दी सिर्फ इतनी है जिहड़ी तुसी समझो तो बहुत वड्डी है, क्योंकि पंजाब की वड्डी लीडरशिप ने यारी ला रखी है आरएसएस नाल। आरएसएस हिंदुस्तान की हुकूमत नु चला रहे जी। आरएसएस ने जो करना है वो हुकूमत ने करना है, ते आरएसएस का एजेंडा हिंदू एजेंडा है, ते साडे भरावां ने अकाली भरावां ने इन्होंने यारी ला रखी है और इन्हां नाल मिलके पंजाब चोणां लड़नगे जी। हुण आरएसएस जिहड़ी चाहुंदी है, जिहड़ी संत जरनैल सिंह भिंडरांवालिआं दी सोच सी ओह पूरी तरह मर जाए, ओह खत्म हो जाए, गुरद्वारिआं दे विच रागी ग्रंथी कथावाचक इन्हां दे शब्दां दा तुसी प्रयोग देखो ते इन्हां दे शब्दां दे विच बदलाव आ गया, इन्हां दे कथा करन दे तरीके दे विच बदलाव आ जी, इन्हां दे गुरबाणी दे विच शब्द जिहड़े ज्यादातर ने जिहड़ा उच्चारण करे उन्हां च बदलाव आ रहा है, और जिहड़ी रहणी बहणी जिहड़ी है गुरुद्वारिआं दे विच उस दे विच बदलाव आ रहा है, क्योंकि आरएसएस दी इनवॉल्वमेंट आ गई है बहुत वड्डी। सानूं इस करके ज्यादा खतरा है जी, सानूं खतरा इस करके ज्यादा बन गया कि 1984 तों बाद जिहड़े 25-30 साल तुसीं गिण लो, 25-30 सालों के विच जिहड़ा अज का हिंदुस्तान के विच ज्यादातर सिख नौजवान, मैं ज्यादातर सिख नौजवानों की गल कर रहा, उन्हां दी सोच बदल रही है। उस अज का 25-30 साल का नौजवान अज की उम्र के विच जिहड़ा 20-22-24-25 साल की उम्र का नौजवान है, उसकी सोच ही बदल गई है, उसका झुकाव आर एस एस की तरफ जा रहा है। ऐसे कसूरवार साडे भरा ने, अकाली भरा जिहड़े रूल करना चाहते हैं, जिहड़े राज करना चाहते हैं, जिहड़े पावर के विच रहना चाहते हैं, इन्हां दे करके कौम इस वक्त बड़े संकट विच खड़ी है हिंदुस्तान दे विच जी।
ਬੱਬਰ ਸਾਹਿਬ, ਤੁਸੀਂ ਸਪਸ਼ਟ ਸ਼ਬਦਾਂ ਦੇ ਵਿੱਚ ਕਿਹਾ ਕਿ ਕੌਮ ਅੱਜ ਦੀ ਘੜੀ ਦੇ ਵਿੱਚ ਬਹੁਤ ਵੱਡੇ ਸੰਕਟ ਦਾ ਸਾਹਮਣਾ ਕਰ ਰਹੀ ਹੈ। ਸਾਡਾ ਸ਼ੋਅ ਵੀ ਸਮਾਪਤੀ ਵੱਲ ਜਾ ਰਿਹਾ, ਐਂਡ ਦੇ ਵਿੱਚ ਤੁਸੀਂ ਕੌਮ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਦੇਖੋ ਜੀ, ਇਸ ਵਕਤ ਮੈਂ ਦੇਖਾ ਗਾਂਗਾ ਕਿ ਸਭ ਤੋਂ ਵੱਡਾ ਖਤਰਾ ਬਾਦਲ ਪਰਿਵਾਰ ਤੋਂ ਕੌਮ ਨੂੰ ਆ ਰਿਹਾ। ਮੈਂ ਇੱਕ ਜਗ੍ਹਾ ਕਿਹਾ ਕਿ ਬਾਦਲ ਹਟਾਓ, ਪੰਥ ਬਚਾਓ। ਪੰਥ ਨੂੰ ਬਚਾਓ, ਹੁਣ ਖਾਲਸਾ ਪੰਥ ਨੂੰ ਜੇ ਬਚਾਉਣਾ ਤੇ ਬਾਦਲ ਪਰਿਵਾਰ ਨੂੰ ਹਟਾਉਣਾ ਪਏਗਾ ਪੰਜਾਬ ਦੇ ਲੋਕਾਂ ਨੇ ਜੀ। ਆਪਣੇ ਕੌਮ ਨੂੰ ਇੱਕ ਜੁੱਟ ਹੋ ਕੇ ਬਾਦਲ ਪਰਿਵਾਰ ਨੂੰ ਹਟਾਉਣਾ ਹੋਏਗਾ, ਕਿਉਂਕਿ ਇਸ ਪਰਿਵਾਰ ਦੇ ਸਿਰਫ ਟਾਰਗੇਟ ਜੋ ਹੈ ਉਹ ਰਾਜ ਕਰਨ ਦਾ ਹੈ, ਪਾਵਰ ਦਾ ਹੈ, ਰੁਪਏ ਦਾ ਹੈ। ਤੇ ਸਾਨੂੰ ਕੌਮ ਨੂੰ ਇਸ ਵਕਤ ਬਹੁਤ ਖਤਰਾ ਪੈ ਗਿਆ ਇਸ ਪਰਿਵਾਰ ਤੋਂ। ਅਗਰ ਇਸ ਕੌਮ ਨੇ ਦੇ ਨੌਜਵਾਨਾਂ ਨੇ ਅਗਰ ਬਾਦਲ ਪਰਿਵਾਰ ਨੂੰ ਹੁਣ ਨਹੀਂ ਹਟਾਇਆ, ਇਹ ਆਉਣ ਵਾਲੀਆਂ ਚੋਣਾਂ ਚ ਇਹਨਾਂ ਨੂੰ ਨਹੀਂ ਹਟਾਇਆ, ਤੇ ਤੁਸੀਂ ਸਮਝ ਲਓ ਕਿ ਪੰਥ ਤੇ ਫਿਰ ਖਤਰੇ ਚ ਹੈ ਜੀ, ਕਿਉਂਕਿ ਸੋਚ ਦੇ ਉੱਤੇ ਹਮਲਾ ਹੋ ਗਿਆ। ਹੁਣ ਹਰਿਮੰਦਰ ਸਾਹਿਬ ਅਸੀਂ ਕਹਿੰਦੇ ਸੀਗੇ ਅਕਾਲ ਤਖ਼ਤ ਸਾਹਿਬ ਤੇ ਹਮਲਾ ਹੋਇਆ, ਅਸੀਂ ਕਿਹਾ ਕਿਸੇ ਕਤਲੇਆਮ ਹੋਇਆ। ਮੈਨੂੰ ਤੇ ਹੁਣ ਇਦਾਂ ਜਾਪਦਾ ਹੈ ਕਿ ਬਹੁਤ ਵੱਡਾ ਹਮਲਾ ਜਿਹੜਾ ਹੋ ਰਿਹਾ ਸਿੱਖ ਸੋਚ ਤੇ ਹੋ ਰਿਹਾ ਔਰ ਸਿੱਖ ਵਿਚਾਰਧਾਰਾ ਤੇ ਹੋ ਰਿਹਾ, ਔਰ ਸਿੱਖ ਸੋਚ ਤੇ ਵਿਚਾਰਧਾਰਾ ਹੀ ਅਗਰ ਬਦਲ ਗਈ ਫਿਰ ਕੌਮ ਦਾ ਭਵਿੱਖ ਖਤਰੇ ਵਿੱਚ ਪੈ ਜਾਏਗਾ, ਬਹੁਤ ਖਤਰੇ ਚ ਪੈ ਜਾਏਗਾ। ਇਸ ਵਕਤ ਕੌਮ ਨੂੰ ਚਾਹੀਦਾ ਹੈ ਕਿ ਬਾਦਲ ਪਰਿਵਾਰ ਹਟਾਓ, ਪੰਥ ਬਚਾਓ ਜੀ। ਬੱਬਰ ਸਾਹਿਬ, ਜਿਹੜਾ ਇਹ ਸੋਚ ਤੇ ਹਮਲੇ ਦੀ ਤੁਸੀਂ ਗੱਲ ਕੀਤੀ ਹੈ ਕਿ ਪੰਜਾਬ ਦੇ ਵਿੱਚ ਤਬਦੀਲੀ ਆਉਣ ਦੇ ਨਾਲ ਇਹਦਾ ਹੱਲ ਹੋ ਸਕਦਾ ਹੈ? ਸਰ, ਤਬਦੀਲੀ ਹਰ ਚੀਜ਼ ਦਾ ਹੱਲ ਹੁੰਦੀ ਹੈ। ਤਬਦੀਲੀ ਬੜੀਆਂ ਚੀਜ਼ਾਂ ਨਵੀਆਂ ਲੈ ਕੇ ਆਉਂਦੀ ਹੈ। ਤਬਦੀਲੀ ਦੇ ਨਾਲ ਤੁਸੀਂ ਜਦ ਤੱਕ ਤਬਦੀਲ ਨਹੀਂ ਕਰੋਗੇ ਇਹ ਸਿਸਟਮ ਨੂੰ, ਜਿਹੜਾ ਸਿਸਟਮ ਆਪਰੇਸ਼ਨ ਬਿਲੂ ਸਟਾਰ ਦੇ ਵਕਤ ਜਾਂ ਉਸ ਤੋਂ ਪਹਿਲਾਂ ਦੇ ਵਕਤ ਕੌਮ ਦਾ ਰੁਝਾਨ ਸੀ, ਉਹ ਰੁਝਾਨ ਕੌਮ ਦਾ ਰੁੱਖ ਬਦਲ ਗਿਆ, ਉਹ ਸੋਚ ਬਦਲ ਗਈ ਹੈ, ਉਹ ਕੁਰਬਾਨੀਆਂ ਜਾਇਆ ਚਲੀਆਂ ਗਈਆਂ, ਬੇਕਾਰ ਚਲੀਆਂ ਗਈਆਂ। ਪਰ ਅੱਜ ਜੇ ਬਦਲਾਵ ਨਹੀਂ ਆਇਆ, ਨਵੀਂ ਜਨਰੇਸ਼ਨ ਨੇ ਟੇਕਓਵਰ ਨਹੀਂ ਕੀਤਾ ਤੇ ਕੌਮ ਖਤਰੇ ਵਿੱਚ ਬੈਠ ਜਾਏਗੀ। ਇਸ ਵਕਤ RSS ਤੋਂ ਪਿੱਛਾ ਛੁਡਾਉਣ ਦਾ ਸਭ ਤੋਂ ਵੱਡਾ ਵੈਪਨ ਹੈ ਕਿ ਬਾਦਲ ਪਰਿਵਾਰ ਨੂੰ ਹਟਾ ਦਿਓ ਜੀ। RSS ਨੂੰ ਗੁਰਦੁਆਰੇ ਚੋਂ ਹਟਾਉਣਾ ਹੈ, ਜੇ RSS ਨੂੰ ਸਿੱਖਾਂ ਦੇ ਵਿੱਚ ਜਿਹੜੇ ਅੰਦਰ ਵੜ ਗਏ ਨੇ ਇਹਨਾਂ ਨੂੰ ਬਾਹਰ ਕੱਢਣਾ ਹੈ ਤੇ ਤੁਹਾਨੂੰ ਪਹਿਲਾਂ ਬਾਦਲ ਪਰਿਵਾਰ ਨੂੰ ਹਟਾਉਣਾ ਹੋਵੇਗਾ, ਬਾਦਲ ਪਰਿਵਾਰ ਨੂੰ ਪਾਵਰ ਤੋਂ ਹਟਾਉਣਾ ਹੋਵੇਗਾ। ਨਹੀਂ ਤਾਂ RSS ਪੂਰੀ ਤਰ੍ਹਾਂ ਗੁਰਦੁਆਰਿਆਂ ਦੇ ਵਿੱਚ, ਸਿੱਖਾਂ ਦੇ ਵਿੱਚ, ਸਿੱਖ ਸੋਚ ਦੇ ਵਿੱਚ, ਸਿੱਖ ਕਿਤਾਬਾਂ ਦੇ ਵਿੱਚ, ਸਿੱਖ ਮੰਚਾਂ ਦੇ ਉੱਤੇ ਉਹ ਭਾਰੀ ਪੈ ਜਾਏਗੀ ਔਰ ਫਿਰ ਸਿੱਖ ਨੌਜਵਾਨ ਦਾ ਰੁੱਖ ਦੂਸਰੀ ਤਰਫ ਚਲਾ ਜਾਏਗਾ। ਐਵੇਂ ਹਿੰਦੁਸਤਾਨ ਦੇ ਸੰਦਰਭ ਦੇ ਵਿੱਚ ਕਹਿ ਰਿਹਾ ਜੀ। ਜੀ ਬੱਬਰ ਸਾਹਿਬ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਇਹਨਾਂ ਮੁੱਦਿਆਂ ਦੇ ਉੱਤੇ, ਇਸ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਤੁਹਾਡੇ ਕੋਲੋਂ ਅੱਜ ਇੱਥੇ ਹੀ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਜਿਵੇਂ ਕਿ ਗੁਰਚਰਨ ਸਿੰਘ ਜੀ ਬੱਬਰ, ਜਿਹੜੇ ਕਿ ਦਿੱਲੀ ਤੋਂ ਇੱਕ ਸੀਨੀਅਰ ਪੱਤਰਕਾਰ ਹੈਗੇ ਨੇ, ਉਹਨਾਂ ਨੇ ਦੱਸਿਆ ਕਿ ਜਿਹੜਾ ਇਹ ਘਟਨਾਕ੍ਰਮ ਸਾਰਾ ਚੱਲ ਰਿਹਾ ਉਹਦਾ ਮਤਲਬ ਸਿੱਧਾ ਤੇ ਸਿੱਧਾ ਇਹੀ ਹੈ ਕਿ ਇਹ ਸਿੱਖ ਸੋਚ ਦੇ ਉੱਪਰ, ਸਿੱਖਾਂ ਦੀ ਵਿਚਾਰਧਾਰਾ ਦੇ ਉੱਪਰ ਇੱਕ ਸੋਚੀ ਸਮਝੀ ਸਾਜਿਸ਼ ਤਹਿਤ ਹਮਲਾ ਕੀਤਾ ਜਾ ਰਿਹਾ, ਜਿਹਦੀ ਇੱਕ ਐਗਜ਼ੈਂਪਲ ਇਹ ਅੱਜ ਜਿਹੜੀ ਅਸੀਂ ਡਿਸਕਸ ਕੀਤੀ ਹੈ ਕਿ ਚਾਂਦਨੀ ਚੌਕ ਜਿਹੜਾ ਕਿ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਨਾਲ ਜੁੜਿਆ ਹੋਇਆ ਸਥਾਨ ਹੈ, ਉੱਥੇ ਤਿਰੰਗਾ ਝੰਡਾ ਲਹਿਰਾਇਆ ਜਾਣਾ, ਹੁਣ ਇਹ ਇੱਕ ਉਹਦੀ ਐਗਜ਼ੈਂਪਲ ਹੈਗੀ ਹੈ। ਅਤੇ ਬੱਬਰ ਸਾਹਿਬ ਦਾ ਇਹ ਮੰਨਣਾ ਹੈ ਕਿ ਪੰਜਾਬ ਦੇ ਵਿੱਚ ਤਬਦੀਲੀ ਆਉਣ ਨਾਲ ਕੋਈ ਚੇਂਜ ਆ ਸਕਦੀ ਹੈ, ਪਰ ਮੇਰਾ ਇੱਥੇ ਇਹ ਮੰਨਣਾ ਹੈ ਕਿ ਪੰਜਾਬ ਦੇ ਵਿੱਚ ਤਬਦੀਲੀ ਆਉਣ ਨਾਲ ਕੋਈ ਬਹੁਤੀ ਚੇਂਜ ਨਹੀਂ ਆਉਣੀ। ਹੋ ਸਕਦਾ ਵਕਤੀ ਤੌਰ 'ਤੇ ਕੋਈ ਥੋੜ੍ਹਾ ਬਹੁਤਾ ਫਰਕ ਪਵੇ, ਬਟ ਅਲਟੀਮੇਟਲੀ ਜਿੰਨੀ ਦੇਰ ਤੱਕ ਕੰਪਲੀਟ ਸਿਸਟਮ ਨਹੀਂ ਚੇਂਜ ਓਵਰ ਹੁੰਦਾ, ਇਹ ਸਾਰਾ ਸਿਸਟਮ ਨਹੀਂ ਜਦੋਂ ਪੱਟਿਆ ਜਾਂਦਾ, ਉਨੀ ਦੇਰ ਤੱਕ ਇਹਦਾ ਕੋਈ ਹੱਲ ਨਹੀਂ ਕੱਢਿਆ ਜਾ ਸਕਦਾ। ਅਤੇ ਇੰਡੀਵਿਜੁਅਲੀ ਤੌਰ 'ਤੇ ਅਸੀਂ ਜਿੰਨੀ ਦੇਰ ਤੱਕ ਆਪਣੀ ਵਿਚਾਰਧਾਰਾ ਦੇ ਨਾਲ ਨਹੀਂ ਜੁੜਦੇ, ਉਨੀ ਦੇਰ ਤੱਕ ਇਹਦਾ ਕੋਈ ਸਲਿਊਸ਼ਨ ਨਹੀਂ ਹੋ ਸਕਦਾ। ਇਸੇ ਦੇ ਨਾਲ ਅਸੀਂ ਅੱਜ ਦਾ ਸ਼ੋਅ ਇੱਥੇ ਸਮਾਪਤ ਕਰਦੇ ਹਾਂ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।